ਨੌਂ ਤੇ ਆਵਤ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਾਰਿਆਂ ਨੂੰ ਲੱਖ ਲੱਖ ਵਧਾਈ ਗੁਰੂ ਸਾਹਿਬ ਜੀ ਦਾ ਜਨਮ ਅੰਮ੍ਰਿਤਸਰ ਵਿਖੇ ਹੋਇਆ ਗੁਰੂ ਸਾਹਿਬ ਦੇ ਪਿਤਾ ਦਾ ਨਾਂ ਹਰਗੋਬਿੰਦ ਸਾਹਿਬ ਸੀ ਅਤੇ ਮਾਤਾ ਦਾ ਨਾਂ ਨਾਨੀ ਸੀ ਉਹਨਾਂ ਨੇ 59 ਸ਼ਬਦ 49 ਸਿੰਘ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਆਪ ਨੂੰ ਹਰ ਤਰ੍ਹਾਂ ਦੀ ਖਾਤਰ ਆਪਣੀ ਗੁਰਬਾਣੀ ਵੀ ਦੇ ਦਿੰਦੀ ਸੀ ਉਹਨਾਂ ਦਾ ਨਾਂ ਸਿਮਰ ਦੇ ਘਰ ਵਿੱਚ ਨੌਂ ਦੀਵਾਂ ਦੀ ਲੱਗੀ ਵੀ ਹੁੰਦੀ ਹੈ ਇਸ ਪਾਵਨ ਦਿਹਾੜੇ ਨੂੰ ਖੁਸ਼ੀ ਨਾਲ ਮਨਾਉਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਾ ਕੋਈ ਸਹਾਇ ਅਰਜਨ ਹਰਗੋਬਿੰਦ ਨੂੰ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਰੀਆਂ ਮੁਕਤੀਆਂ ਕੱਟੀਆਂ ਛੱਪੀਆਂ ਕੱਟੀਆਂ ਜਿਨ੍ਹਾਂ ਨੇ ਆਪ ਦਾ ਪਵਿੱਤਰ ਨਾਮ ਬੋਲਿਆ, ਵੰਡ ਕੇ ਛਕਿਆ, ਦੇਗ ਚਲਾਈ, ਦੇਗ ਵਾਹੀ, ਦੇਖ ਕੇ ਅੰਨਿਤ ਕੀਤਾ, ਜਿਨ੍ਹਾਂ ਪਿਆਰਿਆਂ ਸਿਚਾਰਿਆਂ ਦੀ ਨੇਕ ਹਿੰਮਤ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਨਾਨਕ ਹਰ ਭਜ ਮਨਾ ਅੰਤ
ਸੁਤ ਸਹਾਈ ਹੋਏ ਸੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਤੀਜਾ ਕਾਚਾ ਧਨ ਸੰਚੈ ਮੂਰਖ ਗਾਵਾਰ ਮਨਮੁਖ ਭੂਲੇ ਅੰਧ ਗਾਵਾਰ ਦਿਖਿਆ ਕੈ ਧਨ ਸਦਾ ਦੁਖ ਹੋਈ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਕਾਚਾ ਧਨ ਸੰਚੈ ਮੂਰਖ ਗਾਵਾਰ ਮਨਮੁਖ ਭੂਲੇ ਅੰਧ ਗਾਵਾਰ ਵਿਖਿਆ ਕੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਹੁਣ ਆਵੈ ਜਾਏ ਰਹਾਉ ਮਨਮੁਖ ਭੂਲੇ ਸਭ ਮਰੈ ਗਾਵਾਰ ਭਵ ਜਲ ਡੂਬੇ ਨਾ ਉਰਵਾਰ ਨਾ ਪਾਰ ਸਤਿਗੁਰ ਭੇਟੇ ਪੂਰੈ ਭਾਗ ਸਾਚ ਰਤੇ ਅਹਿਨਸ ਬੈਰਾਗ ਜੋ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ ਪੂਰੈ ਭਾਗ ਹਰ ਨਾਮ ਸਮਾਣੀ ਸਿੱਧ ਸਾਧਿਕ ਤਰਸੈ ਸਭ ਲੋਏ ਪੂਰੈ ਭਾਗ ਪ੍ਰਾਪਤ ਹੋਏ ਸਭ ਕਿਜ ਸਾਚਾ ਸਾਚਾ ਹੈ ਸੋਏ ਉਤਮ ਬ੍ਰਹਮ ਪਛਾਣੈ ਕੋਏ ਸਚ ਸਾਚਾ ਸਚ ਆਪ ਦ੍ਰਿੜਾਏ ਨਾਨਕ ਆਪੇ ਵੇਖੇ ਆਪੇ ਸਚ ਲਾਏ ਸਭ ਕਿਛ ਸਾਚਾ ਸਾਚਾ ਹੈ ਸੋਏ ਉਤਮ ਬ੍ਰਹਮ ਪਛਾਣੈ ਕੋਏ ਸਚ ਸਾਚਾ ਸਚ ਆਪ ਦ੍ਰਿੜਾਏ ਨਾਨਕ ਆਪੇ ਵੇਖੈ ਆਪੇ ਸਚ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਪ੍ਰਾਰਥਨਾ ਅਸਲੀ ਵਿੱਚ ਤੀਜੇ ਪਾਤਸ਼ਾਹ ਜੀ ਫਰਮਾਉਂਦੇ ਹਨ ਮੂਰਖ ਅਤੇ ਬੇਸਮਝ ਲੋਕ ਕੱਚਾ ਧਨ ਭਾਵ ਨਾਸ ਹੋ ਜਾਣ ਵਾਲਾ ਧਨ ਇਕੱਠਾ ਕਰਦੇ ਰਹਿੰਦੇ ਆਪਣੇ ਮਨ ਦੇ ਪਿੱਛੇ ਲੱਗ ਕੇ ਕਰਮ ਕਰਨ ਵਾਲੇ ਮੂਰਖ ਮਨੁੱਖ ਮਾਇਆ ਦੇ ਅੰਨੇ ਮੋਹ ਵਿੱਚ ਫਸ ਕੇ ਠੀਕ ਰਾਮ ਨੂੰ ਭੁੱਲ ਕੇ ਗੁਰਾਹੇ ਪੈ ਜਾਂਦੇ ਇਸ ਜ਼ਹਿਰ ਰੂਪ ਮਾਇਆ ਦੇ ਧਨ ਨਾਲ ਤਾਂ ਸਦਾ ਦੁੱਖ ਹੀ ਦੁੱਖ ਮਿਲਦਾ
ਇਹ ਧਨ ਨਾ ਤਾਂ ਮੂਰਖ ਦੇ ਮਨੁੱਖ ਦੇ ਨਾਲ ਜਾਂਦਾ ਹੈ ਅਤੇ ਨਾ ਹੀ ਇਸਦੇ ਮਿਲ ਜਾਣ ਨਾਲ ਕੋਈ ਤ੍ਰਿਪਤ ਹੁੰਦੀ ਹੈ। ਭਾਵ ਇਸ ਨਾਲ ਕੋਈ ਕਦੀ ਰਚਣਾ ਨਹੀਂ। ਸਦਾ ਕਾਇਮ ਰਹਿਣ ਵਾਲਾ ਸੱਚਾ ਧਨ ਪ੍ਰਭੂ ਧਨ ਤਾਂ ਗੁਰੂ ਹੀ ਮਿਲਦਾ ਹੈ। ਇਹ ਸਦਾ ਥਿਰ ਰਹਿਣ ਵਾਲਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਬਹਾਦਰ ਸਾਹਿਬ ਹਿੰਦ ਦੀ ਚਾਦਰ ਅਤੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।